ਦੀ ਹੈ ਅੱਛਾ ਕੁੜ ਵੀ ਕਿਤੇ ਸੀ ਹਾਂ ਇਹ ਵਾਹ ਇਹ ਤਾਂ ਬਣਾ ਫੀਡ ਆ ਉਹ ਹੈ ਔਰ ਕੀ ਆ ਬੋਦੀ ਆ ਸੰਗਤੀ ਕੀ ਆ ਚੀਜ਼ ਹੈ ਯੂਟਿਊਬ ਚੈਨਲ ਅਸਮਤ ਵਿਰਾਗ ਅੱਜ ਮਜ਼ੇਦਾਰ ਵੀਡੀਓ ਸ਼ੁਰੂ ਕਰਾਂਗਾ ਪਹਿਲੇ ਸਾਡੀ ਰਿਕੁਐਸਟ ਕਿ ਜੇ ਵੀ ਸਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਛੋੜੋ ਸਬਸਕ੍ਰਾਈਬ ਅਤੇ ਸਾਡੀ ਵੀਡੀਓ ਕਰ ਛੋੜੇ ਲਾਈਕ ਅਤੇ ਅੱਗੂ ਅਤੇ ਸ਼ੇਅਰ ਤਾਂ ਸ਼ੁਰੂ ਕਰੇ ਨੇ ਅੱਜ ਮਜ਼ੇਦਾਰ ਵੀਡੀਓ ਅੱਲਾ ਦੇ ਹੁਕਮ ਨਾਲ ਅੱਜ ਵਾਲੀ ਦੀਵਾਰ ਦੇ ਵਿੱਚ ਇਹ ਕੰਮ ਸੀ ਨਾਲੀ ਵਾਲਾ ਇਹ ਦੀ ਲਈ ਹਿੱਸਾ ਥੀ ਗਿਆ ਇਹ ਦਾ ਮੋੜ ਥੀ ਗਿਆ ਅਤੇ ਮੋੜ ਦੇ ਬਾਅਦ ਇਹ ਵਹਿੰਦੀ ਪਈ ਨੇ ਉਹ ਆਪਣੇ ਗੇਟ ਦੋ ਇਹ ਤੋੜਦੇ ਰਹਿਣ ਉਹਨਾਂ ਜਿਵੇਂ ਸਮੇਂ ਸਲੇਟ ਸਦੇ ਸੋਏ ਜੇ ਇਹ ਪਾਤੀ ਨੇ ਅੱਜ ਵਾਲੀ ਦੀਵਾਰ ਵਿੱਚ ਆਈ ਤਾਂ ਬਾਅਦ ਵਾਹ ਅੰਦਰ ਨਾ ਰੱਖਾ ਵਾਂਝੇ ਤਾਂ ਵਾਂਝੇ ਸੰਗਾ ਦੇ ਸਾਰੇ ਮਾਰੇ ਕੀ ਚੀਜ਼ ਇੱਥੇ ਹੀ ਰੱਖਣੇ ਨਾ ਹਾਂ ਇੱਥੇ ਹੀ ਮੇਰੇ ਕੋ ਟੁੱਟਦੇ ਤੇ ਨਹੀਂ ਹਲਦਾ ਤੇ ਉਹ ਕਮਾਇਆ ਤਾਂ ਤੂੰ ਹਲਾ ਦਿਖਾ ਸਿਰਫ ਸੰਗਾ ਦੇ 5 ਕਿਲੋ ਤਾਂ ਹੋ ਸੀ ਕਮਾਸ ਕਮ ਸੰਗਤ ਇਹ ਵਧਾਉਣ ਜਿਹੜੇ ਨਾਲ ਹੁਣ ਮੈਂ ਕੰਮ ਕਰਾਉਂਦਾ ਰਿਹਾ ਨਾ ਉਹ ਹੁਣ ਅਸਾਂ ਵਾਪਸੀ ਕਰ ਰਹੇ ਹਾਂ ਉਹ ਅਸਾਂ ਚਾਹਿਆ ਕਿਰਾਏ ਦਊਤੀ ਇਹ ਹਨੀਫ ਦੇ ਕੋਲ ਹੀ ਕੋ ਅਸਾਂ ਜਿਹੜੇ ਨਾ ਵਾਪਸ ਕਰੇ ਹਾਂ ਸਾਧ ਉਹ ਰੇ ਦੇ ਵਸੂਲ ਕਰ ਕਿਨੋ ਅੱਲਾ ਦੇ ਹੁਕਮ ਨਾਲ ਜੇ ਰਹੇ ਨਾ ਠੀਕ ਠੀਕ ਆ ਅਤੇ ਹੁਣ ਸੰਗਤ ਅਸਾਂ ਇਹਨੇ ਅੱਗੋਂ ਹੀ ਕੋ ਆਲਾ ਗਿਣਨੇ ਅਸਾਂ ਬੈਟਰੀ ਚੈੱਕ ਕਰਨ ਦੇ ਮਾਰ ਉਹ ਗਿਣਨੇ ਆਲਾ ਗਿੰਨੇ ਆਲੇ ਉਹਦਾ ਬੈਂਟਰੀ ਚੈੱਕ ਕਰਨ ਲੇਕਿਨ ਉਹ ਅਗਰ ਮਿਲਦਾ ਤਾਂ ਉਹ ਗਿੰਨੇ ਦੇ ਬਾਅਦ ਇਨਸ਼ਾਅੱਲਾ ਸੰਗਤ ਆਲਾ ਜੇ ਰਹੇ ਨੇ ਥੋੜ੍ਹਾ ਖਰਾਬ ਹੀ ਇਹ ਉਸਤਾਦ ਹੈ ਕਿ ਮੈਂ ਸੈਟਮੈਂਟ ਕਰੇ ਨਾ ਅਤੇ ਕੱਲ੍ਹ ਚੇਸੂ ਇਨਸ਼ਾਅੱਲਾ ਨਾ ਅਤੇ ਕੋਈ ਨਹੀਂ ਛੁੜੇਂਦੇ ਪਏ ਅਤੇ ਹੁਣ ਅਸਾਂ ਅੱਗੂ ਤੋਂ ਜੁਲਦੇ ਇਨਸ਼ਾਅੱਲਾ ਅੱਛਾ ਤੂੰ ਹੁਣ ਚੈਨਲ ਕਿਹੜਾ ਬਣਾਈ ਪਈ ਮੈਂ ਮਹਿਮੂਦ ਵੋਲਗਰ ਦੇ ਨਾਮ ਨਹੀਂ ਮਹਿਮੂਦ ਵੋਲਗਰ ਜੋ ਬਣਾਈ ਪਈ ਅਸਲ ਵਿਲਾਗਰ ਹੁੰਦਾ ਵੋਲਗਰ ਹੁੰਦਾ ਨਹੀਂ ਤੇ ਕਹਾਂ ਹੈ ਕਿ ਵੋਲਗਰ ਲੇਕਿਨ ਮੈਂ ਆਪ ਹੀ ਮੈਂ ਵੋਲਗਰ ਬਣਾਈ ਪਈ ਜੋ ਮੈਂ ਨਾ ਅੱਛਾ ਹਰ ਕੋਈ ਨਹੀਂ ਮਤੇ ਆਪਣੇ ਚੈਨਲ ਦਾ ਨਾਮ ਰੱਖਣਾ ਮਤਲਬ ਖੱਚੀ ਮੁੰਡਾ ਜਾਂ ਇਸ ਕਿਸਮ ਦਾ ਰੱਖਣਾ ਨਾ ਉਹ ਤੇਰਾ ਬਹੁਤ ਚੱਲਿਆ ਤੇ ਬਾਕੀ ਸੈਟਿੰਗ ਮੈਟਿੰਗ ਕੀਤੀ ਵੀ ਚੈਨਲ ਦੀ ਸਹੀ ਉਹ ਕਾ ਠੀਕ ਠਾਕ ਹੀ ਮੈਂ ਸਮਝ ਬਸ ਆਇਆ ਬਣਾ ਮੈਂ ਤਾਂ ਉਸਤਾਦ ਦੇ ਕੋਲ ਨਾ ਮੇਰੇ ਤੋਂ ਹੁਣ ਆਵੜੇ ਨਾ ਜੇ ਲੈਤੇ ਬੜਾ ਛੋੜੇ ਪਿੱਛੇ ਆਵੜੇ ਨਾ ਹੁਣ ਮੈਂ ਤਾਂ ਸੈਟਿੰਗ ਕਰ ਦੇ ਸਾਂ ਉਹ ਜਿਹੜੀ ਬੰਨੀ ਤੂੰ ਲੇਕਿਨ ਮੈਂ ਤਾਂ ਜਿਹੜੀ ਤਾਂ ਇੱਕ ਨੂੰ ਵੀਡੀਓ ਚਾੜੇ ਨਾ ਇਹਦੇ ਤੇ ਕਿ ਨਹੀਂ ਤੇਰਾ ਕਾਪੀਰਾਈਟ ਨਾ ਆਇਆ ਹੋਵੇ ਨਾ ਮੈਂ ਇਹੀ ਆਗਦਾ ਬਸ ਉਹ ਥੋੜਾ ਬਹੁਤ ਜਿਹੜਾ ਬੰਨਾ ਟੁੱਟਾ ਆਇਓ ਤਾਂ ਸੰਗਤ ਇਹ ਹੁਣ ਮੇਰਾ ਬਣੀ ਜਾ ਇਸ ਬੜੇ ਚੈਨਲ ਨਾ ਇਸ ਚੈਨਲ ਬਣਾਏ ਨੇ ਵੀ ਲਾਗਿੰਗ ਵਾਲਾ ਇਹ ਹੁਣ ਜਿਹੜੇ ਨਾ ਮੇਰੇ ਹੁਣ ਆਵੜੇ ਇਸ ਕਮ ਅਜ਼ ਕਮ
ਇੱਕ ਲੌਂਗ ਵੀਡੀਓ ਚਾੜੀ ਸੀ, ਤਰੇ ਸ਼ਾਰਟ ਵੀ ਚਾੜ ਛੋੜੀਆਂ ਨੇ। ਅੱਛਾ ਬਾਈ, ਯੂਟਿਊਬ ਨੇ ਬਹੁਤ ਸਾਰੀਆਂ ਪਾਲਿਸੀਆਂ ਹੋਣੀਆਂ, ਮਤਲਬ ਇਹ ਕਿ ਇਹਨੇ ਮਾਰੇ ਕਮ ਅਜ਼ ਕਮ ਮਤਲਬ 2-3 ਮਹੀਨੇ ਦਾ ਕੋਰਸ ਕਰਨਾ ਪਉਂਦਾ। ਇਵੇਂ ਤਾਂ ਹੁਣ ਹਰ ਬੰਦਾ ਚੈਨਲ ਬਣਾ ਛੋੜੇ ਨੇ ਵੀ ਬਸ ਮੈਂ ਚੈਨਲ ਬਣਾ ਛੋੜੇ ਅਤੇ ਸਟਾਰਟ ਕਰ ਛੋੜਾ, ਲੇਕਿਨ ਸਭ ਪਾਲਿਸੀਆਂ ਦਾ ਪਤਾ ਨਹੀਂ ਆਉਂਦਾ ਨਾ, ਇਸ ਵਜ੍ਹਾ ਨਾਲ ਸਾਰੀ ਸਾਰੀ ਮਿਹਨਤ ਜ਼ਾਇਆ ਥੀ ਵੇਨੀ ਹੈ। ਪਾਲਿਸੀਆਂ ਇਹ ਹਨਗੇ, ਮਤਲਬ ਮਿਊਜ਼ਿਕ ਹੀ ਮੈਂ ਤੁਹਾਨੂੰ ਛੋਟੀ ਜਿਹੀ ਦੱਸਾਂ, ਜਿਹੜੀ ਸ਼ਾਇਦ ਕਿ ਤੁਹਾਨੂੰ ਕਹਿ ਵੱਡੇ ਯੂਟਿਊਬਰ ਵੀ ਨੇ ਦੱਸੀ ਸੀ ਇਹ ਗੱਲ। ਹੁਣ ਮੈਂ ਫਰਜ਼ ਕੀਤਾ ਵਿਲਾਗ ਬਣਾਉਂਦਾ ਵਾਂ, ਕਿਤੇ ਸ਼ਾਦੀ 'ਤੇ ਵਧਾਂ ਜਾਂ ਕਿ ਹੋਟਲ ਦੇ ਵਿੱਚ, ਉੱਤੋਂ ਮਿਊਜ਼ਿਕ ਚੱਲਦੀ ਪਈ ਹੁੰਦੀ। ਮਿਊਜ਼ਿਕ ਮਤਲਬ ਇਹ ਹੁਣ ਸ਼ਾਦੀਆਂ ਦੇ ਉੱਤੇ ਤੁਸੀਂ ਦੇਖਦੇ ਹੋ ਸੋ ਗਾਣੇ ਬਜਾਣੇ ਲੱਗੇ ਪਏ ਹੋਣੇ, ਜਾਂ ਕਿ ਹੋਟਲ ਦੇ ਉੱਤੇ ਲੱਗੇ ਪਏ ਹੋਣੇ ਗਾਣੇ ਬਜਾਣੇ। ਅੱਛਾ, ਉਹ ਜਿਹੜੀ ਪਿੱਛੋਂ ਆਵਾਜ਼ ਗਾਣੇ ਦੀ ਆਉਂਦੀ ਪਈ ਉਹਨਾਂ ਸੰਗਤ, ਉਹ ਆਵਾਜ਼ ਨਾਲ ਕਾਪੀਰਾਈਟ ਆ ਸਕਦੀ ਤੁਹਾਡੀ ਵੀਡੀਓ ਦੇ ਉੱਤੇ। ਤਾਂ ਇਹੀ ਕਿਵੇਂ ਮੈਂ ਛੋਟੀ ਜਿਹੀ ਮਿਸਾਲ ਪਈਆਂ ਬਹੁਤ ਸਾਰੀਆਂ ਉਹਦੇ ਮਾਰੇ, ਅਗਰ ਤੁਸੀਂ ਮੈਂ ਵਾਕਸ ਹੋ ਨਾ ਸੰਗਤ ਦੱਸੇ ਸੋ ਕਮੈਂਟਸ ਬਾਕਸ ਹੀ, ਤਾਂ ਮੈਂ ਇਨਸ਼ਾਅੱਲਾ ਉਹਦੇ 'ਤੇ ਬਕਾਇਦਾ ਵੀਡੀਓ ਬਣਿਆ ਸਾਂ। ਅਲਹਮਦੁਲਿਲਾ ਮੈਂ ਬਹੁਤ ਜ਼ਿਆਦਾ ਇਹਦੇ 'ਤੇ ਰਿਸਰਚ ਕੀਤੀ ਹੈ, ਚੈਨਲ ਮੈਂ ਬਣਾਵਣ ਨਾਲ ਪਹਿਲੇ ਨਾ ਕਮ ਅਜ਼ ਕਮ 6 ਮਹੀਨੇ ਮੈਂ ਸਮਝੋ ਮੈਂ ਇਹਦਾ ਕੋਰਸ ਕੀਤਾ, ਯੂਟਿਊਬ ਮੈਂ ਪੜ੍ਹੇ ਔਰ ਇਹਦਾ ਮੈਂ ਨਿਚੋੜ ਕੱਢੇ, ਉਹਦੇ ਬਾਅਦ ਮੈਂ ਚੈਨਲ ਬਣਾਇਆ। ਤਾਂ ਅਗਰ ਤੁਹਾਨੂੰ ਕੋਈ ਵੀ ਮਸਲਾ ਹੋਵੇ ਤੁਸੀਂ ਮੈਂ ਦੱਸ ਦਿੱਤਾ ਕਰੋ, ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਿਆ ਸਾਂ ਜੋ ਸੰਗਤ ਕੋ ਜਿਹੜੇ ਮਤਲਬ ਹਜ਼ਰਾਤ ਸ਼ੌਕੀਨ ਨੇ ਜਿਹੜਾ ਚੈਨਲ ਨੇ ਉਹ ਹਜ਼ਰਾਤ, ਤੁਸੀਂ ਮੈਂ ਅਗਰ ਸਵਾਲ ਕਰ ਸਕਦੇ ਵੀ ਇਨਸ਼ਾਅੱਲਾ ਮੈਂ ਤੁਹਾਨੂੰ ਕੋਸ਼ਿਸ਼ ਕਰਿਆ ਸਾਂ ਕਿ ਉਹਦਾ ਜਵਾਬ ਦੇ ਸਾਂ ਔਰ ਸਮਝਾ ਕੇ ਦੇ ਸਾਂ। ਸਾਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਬੈਲ ਦਾ ਬਟਨ ਜ਼ਰੂਰ ਦਬਾਓ। ਹਾਂ, ਬੈਲ ਦਾ ਕਟਣ ਕੇ ਬਟਨ ਸੰਗਤ, ਇਹ ਹਾਲ ਨੇ ਇਹ ਮਤਲਬ ਇਹਦੇ ਚੈਨਲ ਦੇ ਵਾਂਗ ਇਹਦੀ ਵੀਡੀਓ ਦੇਖੋ, ਇਸ ਦੇ ਚੈਨਲ ਦੇ ਉੱਤੇ ਤੁਸੀਂ ਪਰਿੰਦੇ ਦੇਖ ਸੋ, ਇਹ ਬੰਦਾ ਹੈ ਪਰਿੰਦਾ ਮਰਿੰਦਾ ਦਾ ਸ਼ੌਕੀਨ, ਇਹ ਪਿੰਜਰੇ ਪਿੰਜਰੇ ਗਿੱਧੀ ਪੀਏ ਅਤੇ ਪਰਿੰਦੇ ਗਿੱਧੀ ਪੀਏ ਦੇ, ਉਹ ਬਹਰਾਲ ਇਹਦੇ ਚੈਨਲ ਦੇ ਵਾਂਗ ਕੇ ਤੁਸੀਂ ਦੇਖ ਸਕਦੇ ਵੇ ਨਾ। ਅਤੇ ਹੁਣ ਮੈਂ ਕਰ ਦਿੰਦਾ ਸੰਗਤ ਸੈਟਿੰਗ ਮੈਟਿੰਗ ਇਹਦੇ ਚੈਨਲ ਦੀ, ਥੋੜ੍ਹੀ ਸੈਟਿੰਗ ਮੈਂ ਚੈੱਕ ਕਰਨਾ, ਅਗਰ ਉਹ ਗੜਬੜ ਹੋਈ ਤਾਂ ਵਾਲਾ ਇਹਦਾ ਮੈਂ ਨਵਾਂ ਚੈਨਲ ਬਣਿਆ ਸਾਂ ਔਰ ਇਹਦਾ ਨਾਂ ਵੀ ਸ਼ਾਇਦ ਸਗੋਂ ਵੀ ਤਬਦੀਲ ਕਰਿਓ ਸੋ। ਫਿਲਹਾਲ ਇਹਦਾ ਇਹ ਚੈਨਲ ਇਹਨੇ ਕਿਹੜਾ ਨਾਂ ਹੈ, ਮਹਿਮੂਦ ਵੋਲਗਰ ਮੈਂ ਤਾਂ ਆਉਂਦਾ ਹੀ ਨਹੀਂ ਬਹਰਾਲ। ਤਾਂ ਇਨਸ਼ਾਅੱਲਾ ਹੁਣ ਮੈਂ ਕਰ ਦੇਣਾ ਸੈਟਿੰਗ ਸੰਗਤ ਸੰਗਤ ਹਨਾਨ ਆਲੂ ਗਿੰਦਾ ਵੀ 10 ਰੁਪਈਆਂ ਦੇ ਕੁੱਕੜ 10 ਲਾ ਕਿਤੇ ਸਿੱਧਾ ਲਾ ਕੁੱਕੜ ਕਿਤੇ ਹੁਣ ਚਟਣੀ ਸਟਵੈਂਦਾ ਵੀ ਵਿੱਚ ਕੁੱਕੜ ਵੀ ਕਿਤੇ ਸੀ ਇਹ ਤਾਂ ਭਲਾ ਪੀੜਿਆ ਇਹ ਤਾਂ ਵੀ ਜੇ ਰਹਿਣਾ ਸੰਗਤ ਕੁੱਕੜ ਬੀਜ ਤੇ ਚਟਣੀ ਵੀ ਤੇ ਆਲੂ ਵੀ ਤਰੇ ਸੀ ਹਾਂ ਹੁਣ ਤਾਂ ਮੈਂ ਨਹੀਂ ਇਵੇਂ ਬਣ ਗਈ ਖੁਰਾਕ ਨਾ ਚਲੋ ਖਾਵਤ ਮਜ਼ੇ ਕਰ ਅਫਨਾਨ ਉਹ ਉੱਤੂ ਮਿਸਾਲਾ ਅੱਲਾ ਅੱਲਾ ਦੇਖ ਕਿਵੇਂ ਇਹਨੂੰ ਦੇਖਣ ਨਹੀਂ ਨਹੀਂ ਖਾ ਤੂੰ ਖਾ ਬਹਿ ਕੇ ਖਾ ਦੋਸਤੋ ਮੈਂ ਗਈ ਤੁਹਾਡੀ ਖੈ ਲੇਕਿਨ ਦੋਸਤ ਨਹੀਂ ਖਾਂਦੇ ਲੇਕਿਨ ਇਹ ਮਜ਼ਦਾਰ ਬਹਰਹਾਲ ਸੰਗਾਂ ਦੇ ਅਫਨਾਨ ਕੁਲਫੀ ਕੀਤੀ ਇਹ ਕਿਵੇਂ ਮਜ਼ੇ ਦੀ ਹੈ ਅੱਛਾ ਇਹ ਮਸ਼ੀਨ ਇਸ ਕਰੀਮ ਵਾਲੀ ਲੇਕਿਨ ਇਹ ਤਾਂ ਸ਼ੋਰ ਬੂਹ ਹੈ ਚਲੋ ਖਾ ਹਾਂ ਨਾ ਇਹ ਤਾਂ ਖਾਸ ਹੈ ਕਿ ਯਾਰ ਲੈ ਗਈ ਤੇ ਦੇਖ ਨਾ ਸਮੇਂ ਅਸਰ ਰਾਤ ਹੈ ਨਾ ਵਾਲਾ ਵੀ ਆ ਪਹਿਲੇ ਕੌਣ ਆਏ ਅੱਛਾ ਅੱਲਾ ਰਹਿਮ ਕਰੇ ਉਸ ਦੀ ਉੱਕਾ ਵਹਿ ਲੈ ਗਏ ਤਾਲੀ ਤੇ ਬਾਤ ਕਰ ਲੈ ਨਾ ਕੱਲ ਬਾਤ ਲੈ ਗਏ ਵਾਲਾ ਇਹ ਰਾਤ ਪਤਾ ਨਹੀਂ ਇਹਦੇ ਨਾਲ ਹਾਂ ਤੇ ਹੁਣ ਦੇਖ ਰਹੇ ਤੇ ਝਾੜ ਜੋ ਹੈ ਕਿਤੇ ਬਾਰਿਸ਼ ਹੋ ਸੀ ਇਹ ਹੈ ਰਾਤੀ 12 ਵਜੇ ਦੇ ਬਾਅਦ ਆਗਦੇ ਨਹੀਂ ਇਹ ਪਤਾ ਨਹੀਂ ਕਿੰਨੂੰ ਆਇਆ ਪਹਾੜਾਂ ਸ਼ਹਾੜਾਂ ਗਾਣਾ ਇੱਥੇ ਨਾ
ਡੰਗਰ ਉਹ ਵੱਡਾ ਧਾਰ ਆ ਗਏ ਉਹਕਾ ਦੁੱਧ ਜਿਹੜੇ ਸਾਰੇ ਨੇ ਮਿੱਟੀ ਸੰਘਾ ਤਾਂ ਇਹਦਾ ਧਾਰ ਹੈ ਜੋ ਮੂੰਹ ਦੇ ਕੱਪੜਾ ਖੱਤੀ ਵੀ ਨਹੀਂ ਹੈ ਸਾਊਥ ਈਸਟ ਦੀ ਨਜ਼ਦੀਕ ਸ਼ਹਿਰ ਹੁਣ ਕੋ ਗੁਜ਼ਾਰਾ ਥੀ ਗਿਆ ਜੋ ਮਿੱਟੀ ਵੀ ਨਹੀਂ ਹੁੰਦੀ ਮਿੱਟੀ ਦੇ ਮਾਰੇ ਮੈਂ ਮੂੰਹ ਦੇ ਨੀਲਾ ਕਰ ਲਈ ਤਾਂ ਮੈਂ ਕਿਹਾ ਚਲੋ ਵਿੱਚੋਂ ਮਿੱਟੀ ਵੜਦੀ ਆ ਸੰਗਤ ਫੈਮਲੀ ਬੜੀ ਮੁਸ਼ਕਿਲ ਨਾਲ ਅਸਾਂ ਘਰ ਪਹੁੰਚ ਚੁੱਕੇ ਹਾਂ ਕਿਉਂਕਿ ਜਿਹੜੀ ਅੰਧਾਰੀ ਆਈ ਨਾ ਉਹ ਮੈਂ ਤੁਹਾਨੂੰ ਦਿਖਾਈ ਹੈ ਮੈਂ ਬਿਲਕੁਲ ਮੂੰਹ 'ਤੇ ਕੱਪੜਾ ਸੱਟ ਕੇ ਆਇਆ ਜੋ ਮਿੱਟੀ ਨਾ ਸਾਗੂ ਕੋ ਖਾਂਦੀ ਮਤਲਬ ਨੱਕ ਅਤੇ ਅੱਖੀਆਂ ਦੇ ਵਿੱਚ ਅੱਖੀਆਂ ਤਾਂ ਬਿਲਕੁਲ ਹੀ ਮੈਂ ਅੰਧੀਆਂ ਥੀ ਗਈਆਂ ਨਾ ਅਤੇ ਹੁਣ ਅੱਲਾ ਦੇ ਹੁੱਕਾਂ ਨਾਲ ਭਰ ਖੈਰ ਅਤੇ ਖਰੀਆ ਨਾਲ ਸ਼ੁਕਰ ਘਰ ਪਹੁੰਚ ਆਏ ਹੈ ਉਹਨੂੰ ਫਸਲ ਵੀ ਸੰਗਤ ਤੋਂ ਪੱਤੇ ਗੁਣਨਾ ਗੰਦਮ ਦੀਆਂ ਢੇਰੀਆਂ ਸ਼ੁਰੂ ਹੀ ਥਰੇਸ਼ਰਾਂ ਲੱਗੀਆਂ ਖੜੀਆਂ ਲੋਕਾਂ ਦੇ ਮਤਲਬ ਭੂ ਸ਼ੂ ਬਹਿਰ ਪਏ ਹਨ ਉਹਨਾਂ ਸ਼ੋਧਾਂ ਦਾ ਵੀ ਕਾਫੀ ਨੁਕਸਾਨ ਥੀ ਹੈ ਭੂ ਉੱਡ ਗਏ ਵੀਡੀਓ ਖਤਮ ਕਰਾਂਗਾ ਪਹਿਲੇ ਤੁਹਾਡਾ ਰਿਕੁਐਸਟ ਹੈ ਕਿ ਜੇ ਸੰਗਤੀ ਵੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਛੋੜੋ ਸਬਸਕ੍ਰਾਈਬ ਅਤੇ ਇੱਕ ਯਾਰ ਲਾਈਕ ਹੀ ਮਾਰ ਦਿੱਤਾ ਕਰੋ ਅਤੇ ਅੱਗੂ ਅਤੇ ਸ਼ੇਅਰ ਹੀ ਕਰ ਦਿੱਤਾ ਕਰੋ ਇਹ ਤੁਹਾਡਾ ਪਿਆਰ ਹੁੰਦਾ ਹੈ ਤੁਹਾਡੀ ਮੁਹੱਬਤ ਹੁੰਦੀ ਹੈ ਇਹਦੇ ਨਾਲ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਥੀਂਦਾ ਔਰ ਸਭ ਕੁਝ ਰਹਿਣਾ ਤੁਹਾਡੀ ਸਪੋਰਟ ਅਤੇ ਮੁਹੱਬਤ ਮਿਲ ਵੈਂਦੀ ਹੈ ਤਾਂ ਇਨਸ਼ਾਅੱਲਾ ਜ਼ਿੰਦਗੀ ਨੇ ਸਾਥ ਦਿੱਤਾ ਤਾਂ ਵੱਲ ਮਿਲ ਸੋ ਅਗਲੀ ਵੀਡੀਓ ਦੇ ਵਿੱਚ ਉਸ ਟਾਈਮ ਤੱਕ ਅੱਲਾ ਹਾਫਿਜ਼।